ਅੱਗੇ ਬੋਲ ਵਰਲਡ ਕੱਪ ਤਾਂ ਹੁੰਦਾ ਨੀ, ਵਰਲਡ ਕੱਪ ਖੇਲਾ ਤੋਂ ਬਾਹਰ ਦੇ ਇੱਕ ਅੱਧਾ ਟੂਰ ਲੱਗ ਜੂਗਾ ਤਾਂ ਜ਼ਿੰਦਗੀ ਸੈੱਟ ਹੋ ਜੂਗੀ। ਹਾਂਜੀ ਬਿਲਕੁਲ, ਉਸ ਤੋਂ ਬਾਅਦ ਗੇਮ ਛੱਡ ਸਕਦੇ ਹਾਂ। ਹਾਂ ਬਿਲਕੁਲ, ਟੀਚਰ ਨਹੀਂ ਹੈ ਦੋਸਤੋ। ਅੱਜ ਰੋਡਿਕ ਕਾਲਜ ਦੇ ਹੈ ਜਿਹੜਾ ਕੁੜੀਆਂ ਦਾ ਕਬੱਡੀ ਦਾ ਟੂਰਨਾਮੈਂਟ ਸੀਗਾ, ਔਰ ਬੜੀ ਖੁਸ਼ੀ ਦੇ ਨਾਲ ਇਹ ਦੱਸਣ ਦੇ ਵਿੱਚ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਹਰਿਆਣੇ ਦੀ ਟੀਮ ਇੱਥੋਂ ਇਸ ਟੂਰਨਾਮੈਂਟ ਨੂੰ ਜਿੱਤ ਕੇ ਚੱਲੀ ਹੈ। ਫਾਈਨਲ ਮੈਚ ਜਿਹੜਾ NRI ਕਲੱਬ ਮੋਗਾ ਦੇ ਨਾਲ ਹੋਇਆ ਸੀਗਾ, ਔਰ ਇਹਨਾਂ ਕੁੜੀਆਂ ਨੇ ਬੜੀ ਦਲੇਰੀ ਦੇ ਨਾਲ, ਬੜੀ ਹਿੰਮਤ ਦੇ ਨਾਲ ਅਤੇ ਬੜੀ ਹੌਸਲੇ ਦੀ ਜਿਹੜੀ ਉਹ ਖੇਡ ਦਿਖਾਈ ਹੈ, ਅੱਧੇ ਪੁਆਇੰਟ ਦੇ ਨਾਲ ਜਿਹੜੀ ਜਿੱਤ ਹਾਸਲ ਉਹ ਕੀਤੀ ਹੈ। ਔਰ ਇਹ ਅੱਧੇ ਪੁਆਇੰਟ ਦੀ ਜਿੱਤ ਵੀ ਬੜੇ ਮਾਇਨੇ ਰੱਖਦੀ ਹੈ, ਕਿਉਂਕਿ ਜਦੋਂ ਮੈਚ ਸ਼ੁਰੂ ਹੋਇਆ ਸੀਗਾ ਤਾਂ ਮੈਂ ਦਿਲ 'ਤੇ ਬਿਲਕੁਲ ਸਾਫ਼ ਤੁਹਾਨੂੰ ਦੱਸ ਰਿਹਾ ਕਿ ਮੈਨੂੰ ਲੱਗ ਰਿਹਾ ਸੀ ਕਿ ਕੁੜੀਆਂ ਬੜੀਆਂ ਕਮਜ਼ੋਰ ਜੀਆਂ ਹੈਗੀਆਂ, NRI ਕਲੱਬ ਮੋਗਾ ਬੜੀ ਆਸਾਨੀ ਨਾਲ ਜਿੱਤ ਜੂਗਾ, ਪਰ ਜੋ ਇਹਨਾਂ ਕੁੜੀਆਂ ਨੇ ਖੇਡ ਦਿਖਾਈ ਹੈ ਉਹ ਵਾਕਈ ਜਿਹੜੀ ਉਹ ਕਾਬਿਲੇ ਤਾਰੀਫ ਹੈਗੀ ਹੈ। ਇਹ ਹਰਿਆਣੇ ਦੀ ਟੀਮ ਜਿਹੜੀ ਹੈ ਹਿਸਾਰ ਜ਼ਿਲ੍ਹੇ ਨਾਲ ਸੰਬੰਧਿਤ ਹੈ। ਤੁਸੀਂ ਕਿਹੜੇ ਪਿੰਡ ਤੋਂ ਆਏ ਹੋ? ਹਰਿਆ ਰਾਖੀ ਗੱਡੀ ਤੋਂ। ਅਤੇ ਤੁਹਾਡਾ ਨਾਮ ਕੀ ਹੈ? ਰਿੰਪੀ। ਸਾਰੇ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਹੋ? ਕਿੰਨੇ ਟਾਈਮ ਤੋਂ ਕਬੱਡੀ ਖੇਡ ਰਹੇ? 4 ਸਾਲ ਤੋਂ। 4 ਸਾਲ। ਤੁਹਾਡੇ ਕੋਚ ਕੌਣ ਹੈ? ਬੰਟੂ ਕੋਚ, ਰਾਖੀ। ਤੁਹਾਨੂੰ ਸਾਰੀ ਟ੍ਰੇਨਿੰਗ ਉਹੀ ਦਿੰਦੇ ਨੇ? ਸਾਰੀ ਟ੍ਰੇਨਿੰਗ ਉਹੀ ਦਿੰਦੇ। ਵੈਸੇ ਤਾਂ ਇਹ ਕਿਹਾ ਜਾਂਦਾ ਹੈ, ਤੁਹਾਨੂੰ ਪੰਜਾਬੀ ਸਮਝਣ ਦੇ ਵਿੱਚ ਕੋਈ ਮੁਸ਼ਕਲ ਤਾਂ ਨਹੀਂ ਹੈ? ਹਾਂ, ਵੈਸੇ ਤਾਂ ਇਹ ਕਿਹਾ ਜਾਂਦਾ ਵੀ ਹਰਿਆਣਾ ਜਿਹੜਾ ਹੈਗਾ ਉਹ ਖੇਡਾਂ ਦਾ ਕੁੰਭ ਹੈਗਾ, ਮਤਲਬ ਉੱਥੇ ਹਰਿਆਣੇ ਤੋਂ ਬਹੁਤ ਸਾਰੇ ਪਲੇਅਰ ਨਿਕਲੇ ਹੈ। ਤੁਹਾਨੂੰ ਪ੍ਰੇਰਣਾ ਕਿੱਥੋਂ ਮਿਲੀ ਹੈ ਵੀ ਤੁਸੀਂ ਕਬੱਡੀ ਖੇਡਣੀ ਹੈ? ਕੁੜੀਆਂ ਤਾਂ ਆਮ ਤੌਰ 'ਤੇ ਕਮਜ਼ੋਰ ਮੰਨੀਆਂ ਜਾਂਦੀਆਂ ਨੇ, ਹੈ ਨਾ? ਪਰ ਵੈਸੇ ਵੀ ਮਤਲਬ ਉਹ ਦੰਗਲ ਮੂਵੀ ਦੇਖੀ ਤੁਸੀਂ? ਹਾਂਜੀ ਦੇਖੀ ਆ। ਕਿੰਨਾ 'ਤੇ ਬਣੀ ਹੋਈ ਹੈ? ਸ਼ਾਹਰੁਖ ਖਾਨ, ਉਸ ਆਮਿਰ ਖਾਨ ਨੇ ਬਣਾਈ ਹੋਈ ਹੈ। ਹਾਂ, ਫੋਗਾਡ ਸਿਸਟਰ 'ਤੇ ਨਾ, ਮਤਲਬ ਉਹ ਪ੍ਰੇਰਣਾ ਸਰੋਤ ਇੱਕ ਤਰ੍ਹਾਂ ਨਾਲ ਬ੍ਰਾਂਡ ਬਣੀਆਂ ਹੋਈਆਂ ਹਰਿਆਣੇ ਦਾ ਨਾ। ਅਤੇ ਤੁਸੀਂ ਆਪਣਾ ਪ੍ਰੇਰਣਾ ਸਰੋਤ ਕਿਹਨੂੰ ਮੰਨਦੇ? ਰਾਮ ਬਤੇਰੀ ਨੂੰ। ਇਹ ਕੌਣ ਹੈ? ਰਾਮ ਬਤੇਰੀ ਸਮੈਣਗੀ ਪਲੇਅਰ ਹੈ, ਵੱਡੀ ਪਲੇਅਰ ਹੈ, ਮਾਰੀ ਸੀਨੀਅਰ ਹੈ। ਹਾਂਜੀ। ਤੋ ਤੁਸੀਂ ਉਹਨੂੰ ਖੇਡਦੇ ਹੋਏ ਦੇਖਿਆ? ਹਾਂਜੀ ਬਿਲਕੁਲ, ਅਭੀ ਉਹ ਅਮਰੀਕਾ ਜਾਈ ਹੋਈ ਹੈ। ਹਾਂ। ਤੁਹਾਡੇ ਪਿੰਡ ਦੇ ਹੋਰ ਵੀ ਪਲੇਅਰ ਨੇ ਤੁਹਾਡੇ ਏਰੀਏ ਦੇ ਉੱਥੋਂ ਦੇ? ਹਾਂ, ਆਸ ਪਾਸ ਕੇ ਮਾਰੇ, ਨਾਡਾ ਸੇ ਹੈ, ਸੋਥਾ ਸੇ, ਮਤਲੋਡਾ ਸੇ, ਬਬੂਆ ਸੇ, ਵਹੀ ਆਸ ਪਾਸ ਕੇ ਸਾਰ ਜ਼ਿਲ੍ਹੇ ਗਏ ਸਾਰੇ 4-5 ਟੀਮੇ, ਉਹ ਵੀ ਖੇਡਦੇ ਤੇ ਉਹਨੇ ਸੇ ਦੇਖਿਆ ਮੈਂ, ਫਿਰ ਵਹੀ ਤਭੀ ਸਿੱਖਿਆ। ਅਤੇ ਜਿਹੜੇ ਤੁਹਾਨੂੰ ਤੁਹਾਡੇ ਪੇਰੈਂਟਸ ਸਪੋਰਟ ਕਰਦੇ ਨੇ, ਤੁਹਾਡੇ ਜਿਹੜੇ ਮਾਤਾ ਪਿਤਾ ਨੇ ਤੁਹਾਨੂੰ ਸਪੋਰਟ ਕਰਦੇ ਨੇ? ਹਾਂਜੀ, ਪੂਰਾ ਸਪੋਰਟ ਕਰਦੇ। ਕਿੱਥੇ ਕਿੱਥੇ ਖੇਲ ਕੇ ਆ ਚੁੱਕੇ ਤੁਸੀਂ ਹਰਿਆਣਾ ਤੋਂ ਬਾਹਰ? ਆਪਣੇ ਪੰਜਾਬ ਖੇਲੇ, ਵੈਸੇ ਅਚੀਵਮੈਂਟ ਤੋਰ ਵੀ ਹੈ, ਜੈਸੇ ਆਲ ਇੰਡੀਆ ਗੋਲਡ ਮੈਡਲ ਹੈ, ਔਰ ਨੈਸ਼ਨਲ ਵੀ ਖੇਡੇ ਹੋਏ ਆ, 3rd ਪੋਜੀਸ਼ਨ ਬ੍ਰੋਂਜ਼ ਮੈਡਲ ਚੰਡੀਗੜ੍ਹ ਤੋਂ। ਹਾਂਜੀ। ਮਤਲਬ ਤੁਹਾਡੇ ਲਈ ਕਿੰਨਾ ਕੁ ਮੁਸ਼ਕਲ ਹੈ ਜਾਂ ਕਿੰਨਾ ਕੁ ਆਸਾਨ ਹੈ ਗੇਮ ਨੂੰ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ, ਤਿਆਰ ਕਰਨਾ, ਬਾਹਰ ਜਾ ਕੇ ਖੇਡਣਾ? ਬਹੁਤ ਮੁਸ਼ਕਿਲ ਹੁੰਦਾ ਹੈ, ਆਸਾਨ ਤਾਂ ਕੁਛ ਹੁੰਦਾ ਹੀ ਨਹੀਂ, ਗੇਮ ਸਟਾਰਟ ਕਰ ਲਿਆ ਤਾਂ ਆਸਾਨ ਤਾਂ ਹੁੰਦਾ ਹੀ ਨਹੀਂ, ਬਹੁਤ ਮੁਸੀਬਤ ਹੁੰਦੀ ਹੈ। ਮੁਸ਼ਕਿਲ ਗਰਾਊਂਡ ਦੇ ਅੰਦਰ ਹੀ ਹੁੰਦੀ ਹੈ ਕਿ ਗਰਾਊਂਡ ਦੇ ਬਾਹਰ ਵੀ ਕੋਈ ਮੁਸ਼ਕਿਲ ਹੁੰਦੀ ਹੈ? ਬਾਹਰ ਵੀ ਅੰਦਰ ਵੀ ਹਰ ਜਗ੍ਹਾ ਮੁਸੀਬਤ ਤਾਂ ਹੁੰਦੀ ਹੈ। ਹਾਂ, ਕੀ ਦਿੱਕਤ ਕੀ ਆਉਂਦੀ ਤੁਹਾਨੂੰ ਗਰਾਊਂਡ ਦੇ ਬਾਹਰ? ਕੀ ਦਿੱਕਤ ਆਉਂਦੀ ਹੈ? ਕੀ ਦਿੱਕਤ ਆਓ ਆਪਣੇ, ਕੀ ਤਾਂ ਕੀ ਦਿੱਕਤ ਆਓ, ਐਕਸਪਲੇਨ ਨਹੀਂ ਕਰਨਾ ਆਉਂਦਾ ਵਾ ਚੀਜ਼। ਉਹ ਸਮਝ ਸਕਦੇ ਹਾਂ, ਦੇਖੋ ਆਪਣਾ ਮਤਲਬ ਐਸਾ ਕੋਈ ਦਿੱਕਤ ਨਹੀਂ ਹੈ ਨਾ, ਭੈਣ ਭਰਾ ਵਾਂਗੂ ਗੱਲ ਕਰਦੇ ਹਾਂ, ਠੀਕ, ਕੋਈ ਮੁਸ਼ਕਿਲ ਨਹੀਂ, ਆਪਾਂ ਸਮਝਦੇ ਹਾਂ ਨਾ, ਮਤਲਬ ਸਮਾਜ ਦਾ ਆਪਣਾ ਨਜ਼ਰੀਆ ਕੁਛ ਇਸ ਤਰ੍ਹਾਂ ਦਾ ਹੈ, ਕੁੜੀਆਂ ਨੂੰ ਉਸ ਨਜ਼ਰ ਨਾਲ ਦੇਖਿਆ ਜਾਂਦਾ, ਇਸ ਕਰਕੇ ਮੁਸ਼ਕਿਲ ਤਾਂ ਆਉਂਦੀ ਹੈ, ਇਹਦੇ 'ਚ ਕੋਈ ਉਹ ਨਹੀਂ ਹੈ। ਹੋਰ ਤਾਂ ਕੋਈ ਸਮੱਸਿਆ ਨਹੀਂ ਹੈ। ਔਰ ਗਰਾਊਂਡ ਦੇ ਅੰਦਰ ਤੁਹਾਨੂੰ ਕੀ ਦਿੱਕਤ ਆਉਂਦੀ? ਗਰਾਊਂਡ ਦੇ ਵਿੱਚ ਗੇਮ ਖੇਲਦੇ ਹੋਏ ਕੋਈ ਫਿਜ਼ੀਕਲੀ ਵੀ ਪ੍ਰੋਬਲਮ ਆਉਂਦੀ ਹੈ, ਸਰੀਰ ਨੂੰ ਵੀ ਕੋਈ ਮੁਸ਼ਕਿਲ ਆਉਂਦੀ ਹੈ? ਹਾਂ, ਬਸ ਉਹ ਇੰਜਰੀ ਦੇ ਕਾਰਨ ਪ੍ਰੋਬਲਮ ਹੁੰਦੀ, ਵੈਸੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ, ਸੱਟ ਲੱਗ ਜਾਂਦੇ ਨਾ ਤਬ ਦਿੱਕਤ ਆਉਂਦੀ ਹੈ ਸਾਰੇ। ਹਾਂ, ਤਾਂ ਪਲੇਅਰ ਦੀ ਪਰਫੋਰਮੈਂਸ ਵੀ ਡਾਊਨ ਹੋ ਜਾਂਦੀ ਹੈ, ਤਾਂ ਉਸਕੇ ਇਸ ਵਜ੍ਹਾ ਸੇ ਪਰੇਸ਼ਾਨੀ ਹੁੰਦੀ ਹੈ। ਅਤੇ ਤੁਸੀਂ ਆਪਣੀ ਮਤਲਬ ਅੱਗੇ ਕੀ ਟੀਚਾ ਰੱਖਿਆ ਹੋਇਆ, ਕਿਉਂਕਿ ਹੁਣ 4 ਸਾਲ ਹੋ ਗਏ, ਉਮਰ ਕਿੰਨੀ ਵੈਸੇ ਤੁਹਾਡੀ? 23 ਸਾਲ। ਤਾਂ ਤੁਸੀਂ ਆਪਣਾ ਅੱਗੇ ਕੀ ਟੀਚਾ ਰੱਖਿਆ ਹੋਇਆ, ਕਿੰਨੀ ਉਮਰ ਤੱਕ ਖੇਲ ਸਕਦੇ ਹੋ ਔਰ ਕਿੱਥੋਂ ਤੱਕ ਜਾਣਾ ਹੈ?
ਅੱਗੇ ਬਹੁਤ ਵਰਲਡ ਕੱਪ ਤਾਂ ਹੁੰਦਾ ਨਹੀਂ, ਵਰਲਡ ਕੱਪ ਖੇਲਾ ਤੋ ਹਰਿਆਣਾ ਪੰਜਾਬ ਆਪਣੇ ਇੰਡੀਆ ਤੋਂ ਬਾਹਰ ਖੇਲਣ ਦੀ ਇੱਛਾ ਹੈ ਪੂਰੀ। ਹਾਂ ਵੈਸੇ ਜਿਵੇਂ ਪ੍ਰੋ ਕਬੱਡੀ ਲੀਗ ਹੈ ਤੁਸੀਂ ਦੇਖਦੇ ਹੋ? ਹਾਂਜੀ ਦੇਖ, ਕੁੜੀਆਂ ਦੀਆਂ ਟੀਮਾਂ ਹੁੰਦੀਆਂ ਨੇ, ਮੈਂ ਘੱਟ ਦੇਖਦਾ। ਹਾਂ ਦੇਖਦੇ ਹਾਂ, ਹਮ ਵੀ ਘੱਟ ਹੀ ਦੇਖਦੇ ਹਾਂ, ਸਰਕਲ ਕਬੱਡੀ ਦੇ ਜ਼ਿਆਦਾ ਦੇਖਦੇ ਹਾਂ। ਅਤੇ ਉਦੋਂ ਉੱਥੋਂ ਤੁਹਾਨੂੰ ਕਦੇ ਕੋਈ ਆਫਰ ਨਹੀਂ ਆਇਆ ਜਾਂ ਤੁਸੀਂ ਕਦੇ ਅਪਰੋਚ ਨਹੀਂ ਕੀਤੀ ਵੀ ਇਸ ਤਰ੍ਹਾਂ ਦੀਆਂ ਜਿਵੇਂ IPL ਵਗੈਰਾ ਹੋ ਰਹੇ ਨੇ, ਪ੍ਰੀਮੀਅਰ ਲੀਗਸ ਹੋ ਰਹੀਆਂ ਨੇ ਨਾ, ਜਿਹੜਾ ਕਮਰਸ਼ੀਅਲ ਗੇਮ ਹੋ ਗਈ ਹੈ, ਉਹਦੇ 'ਚ ਤੁਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਵੀ ਉਸ ਪਾਸੇ ਨੂੰ ਜਾਇਆ ਜਾਵੇ, ਉੱਧਰ ਖੇਡਿਆ ਜਾਵੇ, ਉੱਥੇ ਪੈਸਾ ਜ਼ਿਆਦਾ, ਮੇਨ ਤਾਂ ਪੈਸਾ ਜ਼ਰੂਰੀ ਹੈ ਨਾ? ਨਹੀਂ ਉੱਧਰ ਕੋਸ਼ਿਸ਼ ਹੀ ਨਹੀਂ ਕਿ ਹਮਨੇ ਕਭੀ ਖੇਲੇਂਗੇ, ਬਸ ਸਰਕਲ ਕਬੱਡੀ ਕੋਈ ਆਪਣਾ ਟਾਈਮ ਦਿਆ ਸਾਰਾ। ਅਤੇ ਬਾਹਰ ਖੇਡਣ ਦੀ ਇੱਛਾ ਰੱਖਦੇ ਹੋ? ਹਾਂਜੀ ਬਾਹਰ ਖੇਡਣ, ਬਾਹਰ ਦੇ ਇੱਕ ਅੱਧਾ ਟੂਰ ਲੱਗ ਜੂਗਾ ਤਾਂ ਜ਼ਿੰਦਗੀ ਸੈੱਟ ਹੋ ਜੂਗੀ। ਹਾਂਜੀ ਬਿਲਕੁਲ, ਉਸ ਤੋਂ ਬਾਅਦ ਗੇਮ ਛੱਡ ਸਕਦੇ ਹਾਂ। ਹਾਂ ਬਿਲਕੁਲ, ਟੀਚਰ ਨਹੀਂ ਹੈ ਪ੍ਰੋਫੈਸ਼ਨਲ ਤਾਂ ਨਹੀਂ ਹੈ, ਬਟ ਵੈਸੇ ਅਗਰ ਖੇਲਾ ਗਿਆ ਤਾਂ ਜ਼ਰੂਰ ਖੇਲਾਂਗੇ, ਐਸੀ ਬਾਤ ਨਹੀਂ ਕਿ ਬਾਹਰ ਗਏ ਛੱਡ ਦਿਆ, ਬਾਹਰ ਕਬੱਡੀ ਦੇ ਦੌਰਾਨ ਜਾਵਾਂਗੇ, ਵੈਸੇ ਤਾਂ ਜਾ ਨਹੀਂ ਸਕਦੇ ਨਾ। ਹਾਂ ਕਬੱਡੀ ਸਹੀ ਰਿਲੇਟਡ ਜਾਏਂਗੇ, ਕਿਉਂਕਿ ਹੁਣ ਉਮਰ ਹੋ ਗਈ ਹੈ, ਵਿਆਹ ਦੀ ਉਮਰ ਹੋ ਗਈ ਹੈ, ਅਤੇ ਜਿਹੜੀ ਫੈਮਿਲੀ ਹੈਗੀ ਇਸ ਤਰ੍ਹਾਂ ਨਹੀਂ ਕਰਦੇ ਵੀ ਹੁਣ ਗੇਮ ਨੂੰ ਛੱਡੋ, ਹੁਣ ਵਿਆਹ ਕਰਾਓ, ਆਪਣਾ ਘਰ ਵਸਾਓ? ਅਭੀ ਤੱਕ ਤਾਂ ਐਸਾ ਕੁਛ ਨਹੀਂ ਬੋਲਿਆ, ਅਭੀ ਤੱਕ ਤਾਂ ਚੱਲ ਰਿਹਾ ਹੈ। ਕਿੰਨੇ ਕਿੰਨੇ ਸਾਲ ਉਮੀਦ ਰੱਖਦੇ ਹੋ ਵੀ ਉਹ ਕਿੰਨੇ ਸਾਲ ਤੁਹਾਨੂੰ ਹੋਰ ਦੇਣਗੇ ਖੇਡਣ ਦੇ? ਕਿਆ ਪਤਾ ਵੀ ਤੋ ਕਿਆ 5-6 ਸਾਲ ਹੋਰ, ਮਤਲਬ 27-28 ਸਾਲ ਦਾ ਕੋਈ ਦਿੱਕਤ? ਹਾਂ ਨਹੀਂ ਕੋਈ ਦਿੱਕਤ ਨਹੀਂ। ਨਹੀਂ ਤਾਂ ਤੁਸੀਂ ਹੇਅਰ ਕੱਟ, ਬੋਇਜ਼ ਹੇਅਰ ਕੱਟ ਰੱਖਿਆ, ਅਸਲ 'ਚ ਜਦੋਂ ਤੁਹਾਡੀ ਟੀਮ ਐਂਟਰ ਹੋਈ ਹੈ ਤਾਂ ਮੈਂ ਵੀ ਨਹੀਂ ਸਮਝ ਪਾਇਆ ਵੀ ਕੁੜੀਆਂ ਅਤੇ ਮੁੰਡਿਆਂ ਦੇ ਮੈਚ ਹੋ ਰਹੇ ਹੈ ਕਿ ਮੁੰਡਿਆਂ ਦੇ ਕੁੜੀਆਂ ਦੇ ਮੈਚ ਹੋ ਰਹੇ ਹੈ ਨਾ, ਤਾਂ ਮਤਲਬ ਇਸ ਤਰ੍ਹਾਂ ਤੁਹਾਡੇ ਲਈ ਕੋਈ ਤੁਹਾਨੂੰ ਉਹ ਨਹੀਂ ਲੱਗਦਾ ਵੀ ਯਾਰ ਕੁੜੀਆਂ ਵਾਂਗੂ ਰਹਿਣਾ ਚਾਹੀਦਾ ਜਾਂ ਮੁੰਡਿਆਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ? ਐਸਾ ਕੁਛ ਲੱਗਦਾ, ਪਤਾ ਸਟਾਰਟਿੰਗ ਸਹੀ ਹੈ, ਅਸੀਂ ਆਦਤ ਪਾਈ ਹੋਈ ਹੈ ਤੋ ਚੱਲ ਹੀ ਰਿਹਾ ਅਭੀ ਸਰ। ਤੁਹਾਡੇ ਲਈ ਇਹ ਨੋਰਮਲ ਚੀਜ਼ ਹੈ, ਬੜੀ ਸਧਾਰਨ ਜੀ ਚੀਜ਼ ਹੈ, ਅਤੇ ਮੈਂ ਵੀ ਟੈਨਸ਼ਨ ਲਈ ਜਾਂਦਾ ਸੀ। ਠੀਕ ਹੈ, ਤੁਹਾਡਾ ਕੀ ਨਾਮ ਹੈ? ਆਸ਼ਾ। ਤੋ ਇਕੱਠੇ ਖੇਲ ਰਹੇ ਹੋ ਇੱਕੋ 4 ਸਾਲ ਤੋਂ? ਹਾਂਜੀ। ਤੁਹਾਡੇ ਲਈ ਕਿੰਨਾ ਕੁ ਮੁਸ਼ਕਿਲ ਹੈ, ਤੁਹਾਡੀ ਫੈਮਿਲੀ ਸਪੋਰਟ ਕਰਦੀ ਹੈ ਗੇਮ ਨੂੰ? ਹਾਂ ਬਹੁਤ ਜ਼ਿਆਦਾ ਕਰਦੀ ਹੈ ਫੈਮਿਲੀ ਸਪੋਰਟ। ਅਤੇ ਆਮ ਤੌਰ 'ਤੇ ਜਿਹੜੀ ਮੁੰਡਿਆਂ ਦੀ ਕਬੱਡੀ ਹੈ ਉਹਦੇ 'ਚ ਪੈਸਾ ਜ਼ਿਆਦਾ, ਉਹਨਾਂ ਦੇ ਲਈ ਇਨਾਮ ਵੀ ਜ਼ਿਆਦਾ ਹੁੰਦੇ ਆ, ਤੁਹਾਨੂੰ ਇਨਾਮ ਘੱਟ ਮਿਲਦੇ, ਕਦੇ ਇਸ ਚੀਜ਼ ਦਾ ਅਫਸੋਸ ਨਹੀਂ ਹੁੰਦਾ, ਗੁੱਸਾ ਨਹੀਂ ਆਉਂਦਾ ਵੀ ਅਸੀਂ ਵੀ ਉੰਨੀ ਮਿਹਨਤ ਕਰਦੇ ਹਾਂ, ਉੰਨੀਆਂ ਸੱਟਾਂ ਖਾਂਦੇ ਹਾਂ, ਉੰਨਾ ਹੀ ਗਰਾਊਂਡ 'ਚ ਮਿੱਟੀ ਨਾਲ ਮਿੱਟੀ ਹੁੰਦੇ, ਸਾਨੂੰ ਉੰਨਾ ਪੈਸਾ ਕਿਉਂ ਨਹੀਂ ਮਿਲਦਾ? ਗੁੱਸਾ ਹੁੰਦਾ ਹੈ ਕਿਉਂਕਿ ਉਹ ਕੁੜੀਆਂ ਦੇ ਘੱਟ ਰੱਖਦੇ ਹੈ ਅਤੇ ਮੁੰਡਾ ਦੇ ਜ਼ਿਆਦਾ ਰੱਖਦੇ ਹੈ, ਤਾਂ ਅਸੀਂ ਬਹੁਤ ਗੁੱਸਾ ਆਉਂਦਾ ਹੈ, ਅਤੇ ਉਹ ਉਹਨਾਂ ਨੇ ਰੱਖਣਾ ਚਾਹੀਏ ਬਹੁਤ ਜ਼ਿਆਦਾ ਪ੍ਰਾਈਜ਼ ਕੁੜੀਆਂ ਦਾ ਵੀ ਜਿੱਦਾਂ ਮੁੰਡਾ ਦਾ ਰੱਖਦੇ ਹੈ। ਤੁਹਾਡੇ ਹਰਿਆਣੇ 'ਚ ਵੀ ਟੂਰਨਾਮੈਂਟ ਹੁੰਦੇ ਨੇ? ਹਾਂ ਹੁੰਦੇ ਹੈ। ਉੱਧਰ ਵੀ ਪੈਸਾ ਇੰਨਾ ਹੀ ਦਿੰਦੇ? ਹਾਂ ਇੰਨਾ ਹੀ ਦਿੰਦੇ ਹੈ। ਜਿਹੜੇ ਟੀਮ ਦੇ ਪ੍ਰਬੰਧਕ ਹੁੰਦੇ ਨੇ ਜਾਂ ਤੁਹਾਡੇ ਆਪਣੇ ਕੋਚ ਨੇ, ਹੈ ਨਾ, ਤੁਸੀਂ ਉਹਨਾਂ ਨੂੰ ਕਦੇ ਇਸ ਚੀਜ਼ ਦਾ ਇਤਰਾਜ਼ ਨਹੀਂ ਜਿਤਾਇਆ ਵੀ ਅਸੀਂ ਵੀ ਮਿਹਨਤ ਕਰਦੇ ਹਾਂ, ਸਾਡੇ ਲਈ ਵੀ ਉਨਾ ਹੀ ਮੁਸ਼ਕਲ ਹੈ ਖੇਡਣਾ, ਸਾਡੇ ਲਈ ਪ੍ਰਾਈਜ਼ ਵੱਧ ਰੱਖੇ ਜਾਣ? ਕਹਿੰਦੇ ਹੈ ਫਿਰ ਹੁੰਦਾ ਤਾਂ ਨਹੀਂ ਹੈਗਾ, ਇਸ ਕਰਦੇ ਤਾਂ ਨਹੀਂ ਹੈਗੇ ਇਤਨਾ। ਹਾਂ ਤੁਹਾਡੇ ਲਈ ਕਿੰਨਾ ਕੁ ਆਸਾਨ ਹੈ ਗਰਾਊਂਡ ਦੇ ਬਾਹਰ ਅਤੇ ਗਰਾਊਂਡ ਦੇ ਅੰਦਰ? ਵੈਸੇ ਠੀਕ ਲੱਗਦਾ, ਅੱਛਾ ਲੱਗਦਾ ਖੇਡਣਾ। ਹਾਂ ਤੁਹਾਡਾ ਕੀ ਨਾਮ ਹੈ? ਨਿੱਕੀ। ਇੱਕ ਸਾਰੀ ਕੋਈ ਗਾਮ ਦੇ ਰਹਿਣ ਵਾਲੇ? ਹਾਂ। ਫੈਮਿਲੀ ਸਪੋਰਟ ਕਰਦੀ ਹੈ? ਹਾਂ। ਤੁਹਾਨੂੰ ਨਹੀਂ ਕਦੇ ਬੁਰਾ ਲੱਗਦਾ ਵੀ ਪੈਸੇ ਨਹੀਂ ਘੱਟ ਮਿਲਦੇ ਸਾਨੂੰ, ਉਨੇ ਨਹੀਂ ਮਿਲਦੇ, ਉਨੀ ਮਿਹਨਤ ਨਹੀਂ ਮਿਲਦੀ ਜਿੰਨੀ ਮਿਲਣੀ ਚਾਹੀਦੀ? ਲੱਗਦਾ ਹੈ ਗੇਮ ਦਾ ਉਨਾ ਮਾਨ ਸਨਮਾਨ ਤੁਹਾਨੂੰ ਨਹੀਂ ਮਿਲਦਾ ਮੁੰਡਿਆਂ ਦੇ ਬਰਾਬਰ? ਕਦੇ ਮਨ ਨਹੀਂ ਕਰਦਾ ਵੀ ਇਹ ਗੇਮ ਛੱਡ ਕੇ ਕਿਸੇ ਹੋਰ ਗੇਮ 'ਚ ਚਲੇ ਜਾਈ? ਨਹੀਂ ਹੈ, ਕਬੱਡੀ ਨੂੰ ਪਿਆਰ ਹੈ ਪੂਰਾ। ਹਾਂਜੀ। ਜਦ ਤੱਕ ਖੇਡੋਗੇ ਕਬੱਡੀ ਖੇਡੋਗੇ। ਹਾਂ। ਅਤੇ ਪੈਸੇ ਘੱਟ ਮਿਲਣ, ਇਹ ਤਾਂ ਤੁਹਾਡਾ ਮਤਲਬ ਮੰਨਣ ਵਾਲੀ ਗੱਲ ਹੈ, ਤਾਂ ਵੈਸੇ ਹੀ ਇਸ ਕਾਬਲ ਸਰੂਤ ਹੈ। ਤੁਸੀਂ ਸਾਰੇ ਪਲੇਅਰਸ ਆਪਣਾ ਨਾਮ ਜ਼ਰੂਰ ਦੱਸ ਦਿਓ, ਤੁਹਾਡਾ ਕੀ ਨਾਮ? ਸਵੀਟੀ। ਉਮਰ? 17। 17 ਸਾਲ? ਮਤਲਬ ਉਮਰ 'ਚ ਦੇਖਣ ਵੀ ਲੱਗ ਰਿਹਾ ਛੋਟੇ ਛੋਟੇ ਲੱਗ। ਤੁਹਾਡੀ ਕਿੰਨਾ, ਤੁਹਾਡਾ ਕੀ ਨਾਮ ਹੈ? ਕਿਰਤੀ। ਉਮਰ? 18 ਸਾਲ। 16 ਸਾਲ। 16 ਸਾਲ, ਤਾਂ ਮਤਲਬ 23 ਸਾਲ, 17, 18, 16, 17। ਤੁਹਾਡੀ ਉਮਰ ਕਿੰਨੀ ਸੀ? 23। ਤੁਹਾਡੀ? 19। ਸਭ ਤੋਂ ਸੀਨੀਅਰ ਤੁਸੀਂ ਦੋਨੋਂ ਹੋ, ਅਤੇ ਤੁਹਾਡੀ ਸਾਰੀ ਟੀਮ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਤੁਹਾਡੇ 'ਤੇ ਹੀ ਹੈ। ਹਾਂਜੀ। ਇਸ ਲਈ ਇੱਕ ਦੂਜੇ ਨੂੰ ਕਹਿ ਰਹੇ ਸੀ ਵੀ ਇਹ ਹੈ ਨਾ, ਇਹ ਕੈਪਟਨ, ਇਹ ਕੈਪਟਨ। ਹਾਂਜੀ। ਤੁਹਾਡਾ ਕਦੇ ਰੌਲਾ ਨਹੀਂ ਪਿਆ ਵੀ ਅੱਜ ਮੈਨੂੰ ਲੀਡ ਕਰਨ ਦਿਓ ਕੱਲ੍ਹ ਤੁਸੀਂ? ਕਦੇ ਨਹੀਂ, ਰਲ ਮਿਲ ਕੇ ਖੇਡਦੇ ਹੋ? ਰਲ ਮਿਲ ਕੇ ਖੇਡ ਲੈਂਦੇ। ਸੋ
ਗੱਲਬਾਤ ਕਰਨ ਦੇ ਦੌਰਾਨ ਵੀ ਮਤਲਬ ਬੜੀਆਂ ਸਹਿਜ ਨੇ ਕੁੜੀਆਂ, ਗਰਾਊਂਡ ਦੇ ਬਾਹਰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹ ਆਪਾਂ ਉਹਨਾਂ ਨੂੰ ਸਮਝਦੇ ਵੀ ਹਾਂ, ਹਾਲਾਂਕਿ ਉਹ ਬੋਲਣ ਦੇ ਵਿੱਚ ਹਿਚਕਚਾ ਗਈਆਂ, ਪਰ ਆਪਾਂ ਉਸ ਚੀਜ਼ ਨੂੰ ਸਮਝਦੇ ਹਾਂ ਕਿਉਂਕਿ ਸਮਾਜ ਤੋਂ ਬਾਹਰ ਨਿਕਲ ਕੇ ਘਰ ਤੋਂ ਬਾਹਰ ਨਿਕਲ ਕੇ ਵਿਚਰਨਾ ਇੰਨਾ ਆਸਾਨ ਨਹੀਂ ਹੁੰਦਾ, ਪਰ ਫਿਰ ਵੀ ਇਹਨਾਂ ਕੁੜੀਆਂ ਦੀ ਹਿੰਮਤ ਨੂੰ ਦਲੇਰੀ ਨੂੰ ਸਲੂਟ ਕਰਨਾ ਬਣਦਾ ਵੀ ਦੂਜੀ ਸਟੇਟ ਦੇ ਵਿੱਚ ਆ ਕੇ ਖੇਡੀਆਂ ਨੇ ਔਰ ਬੜੇ ਦਲੇਰੀ ਦੇ ਨਾਲ ਖੇਡੀਆਂ ਨੇ, ਹੋਮ ਗਰਾਊਂਡ 'ਤੇ ਆ ਕੇ NRI ਟੀਮ ਮੋਗਾ ਜਿਹੜੀ ਹੈਗੀ ਆ, ਬੱਬੂ ਜਿਹੜਾ ਹੈਗਾ ਮੁੰਡਾ ਉਹ ਰੋਡਿਆਂ ਦਾ ਹੀ ਆ, ਉਸ ਟੀਮ ਦਾ ਮੈਨੇਜਰ ਹੈ, ਉਸ ਟੀਮ ਨੂੰ ਮੈਨੇਜ ਕਰਦਾ ਔਰ ਉਹਨਾਂ ਦੇ ਹੋਮ ਗਰਾਊਂਡ 'ਤੇ ਆ ਕੇ ਉਹਨਾਂ ਨੂੰ ਹਰਾ ਕੇ ਜਿੱਤੀਆਂ ਨੇ, ਬੜੇ ਹੌਸਲੇ ਦੇ ਵਿੱਚ ਨੇ, ਸੋ ਇਹ ਬਹੁਤ ਹੀ ਵਧੀਆ ਖੁਸ਼ੀ ਦੀ ਗੱਲ ਹੈ। ਅੱਜ ਪਹਿਲੀ ਵਾਰੀ ਮੈਂ ਵੀ ਇੱਕ ਜਿਹੜੀ ਕੁੜੀਆਂ ਦੀ ਕਬੱਡੀ ਟੀਮ ਹੈਗੀ ਜਾਂ ਕੁੜੀਆਂ ਪਲੇਅਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਬਹੁਤ ਵਧੀਆ ਲੱਗਿਆ। ਤੁਸੀਂ ਜੁੜੇ ਹੋਏ ਸੀਗੇ ਲੋਕਲ ਪੰਜਾਬੀ ਟੀਵੀ ਦੇ ਨਾਲ, ਧੰਨਵਾਦ ਜੀ।